ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਵਿਦਿਆਰਥੀਆਂ ਨੂੰ ਉਚੇਰੀ ਵਿੱਦਿਆ ਪ੍ਰਦਾਨ ਕਰਨ ਵਾਲੀ ਵਿੱਦਿਅਕ ਸੰਸਥਾ ਦੇਸ਼ ਭਗਤ ਯੂਨੀਵਰਸਿਟੀ ਵਿਖੇ 3 ਦਿਨਾਂ ਤੋਂ ਜਾਰੀ ਯੂਥ ਫੈਸਟੀਵਲ ਡੀਬਸ 2017 ਅਮਿਟ ਯਾਦਾਂ ਛੱਡਦੇ ਹੋਏ ਸਫਲਤਾਪੂਰਵਕ ਸਮਾਪਤ ਹੋਇਆ। ਇਸ ਯੂਥ ਫੈਸਟੀਵਲ ਸਮਾਰੋਹ ਦੀ ਪ੍ਰਧਾਨਗੀ ਸਰਦਾਰ ਜਸਪ੍ਰੀਤ ਸਿੰਘ IAS ਦੁਆਰਾ ਕੀਤੀ ਗਈ। ਇਸ ਮੌਕੇ 'ਤੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ, ਉਹ ਨਸ਼ਿਆਂ ਵਰਗੀਆਂ ਲਾਹਨਤਾਂ ਤੋਂ ਸਮਾਜ ਨੂੰ ਬਚਾਉਣ ਲਈ ਆਪਣਾ ਫਰਜ਼ ਨਿਭਾਉਣ ਅਤੇ ਚੰਗੀ ਸਿੱਖਿਆ ਪ੍ਰਾਪਤ ਕਰਦੇ ਹੋਏ ਆਪਣੇ ਸੂਬੇ ਅਤੇ ਦੇਸ਼ ਦਾ ਨਾਂ ਰੋਸ਼ਨ ਕਰਨ। ਮੈਂ ਦੇਸ਼ ਭਗਤ ਯੂਨੀਵਰਸਿਟੀ ਦੀ ਸਟੂਡੈਂਟ ਹਾਂ, ਮੇਰਾ ਲਾਸਟ ਈਅਰ ਹੈ ਜੀ ਇੱਥੇ, ਅਤੇ ਸਾਡੇ ਕਾਲਜ 'ਚ ਪਿਛਲੇ 3 ਦਿਨਾਂ ਤੋਂ ਯੂਥ ਫੈਸਟੀਵਲ ਮਨਾਇਆ ਜਾ ਰਿਹਾ ਜਿੱਥੇ ਕਿ ਪੂਰੇ ਰੰਗ ਬਣੇ ਗਏ। ਅੱਜ ਮਹਿਤਾਬ ਵਿਰਕ ਜੀ ਨੇ ਆ ਕੇ ਇਸ ਯੂਥ ਫੈਸਟੀਵਲ ਦੀ ਰੌਣਕ ਹੋਰ ਵੀ ਵਧਾ ਦਿੱਤੀ, ਅਤੇ ਮੈਂ ਸਾਡੇ ਜ਼ੋਰਾ ਸਰ ਦਾ, TK ਮੈਮ ਦਾ, ਸਾਰਿਆਂ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇੰਨਾ ਪਿਆਰ ਦਿੱਤਾ, ਸ਼ਾਇਦ ਜਿਸ ਦੇ ਅਸੀਂ ਹੱਕਦਾਰ ਵੀ ਨਹੀਂ ਸੀ। ਥੈਂਕ ਯੂ ਟੂ ਦੇਸ਼ ਭਗਤ ਯੂਨੀਵਰਸਿਟੀ। ਮੰਡੀ ਗੋਬਿੰਦਗੜ੍ਹ ਤੋਂ ਭੁਪਿੰਦਰ ਢਿੱਲੋਂ ਦੀ ਰਿਪੋਰਟ, ਚੈਨਲ 2।